ਚੜ੍ਹਦਾ ਸੋਢੀ ਸੁਲਤਾਨ ਦੀਆਂ ਛੇਵੇਂ ਪਾਤਸ਼ਾਹ ਦੀ ਚੌਥੀ ਜੰਗ ਆੜੀ ਅਸੀਂ ਨਹੀਂ
ਅਤੇ ਦੂਸਰੀ ਵੀਡੀਓ ਸੀਡੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੀ ਜੀਵਨੀ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ ਹੈ। ਦਾਸ ਦੇ ਕੋਲ ਮੌਜੂਦ ਨੇ ਜਾਂ ਕਿਸੇ ਨੂੰ ਵੀ ਜ਼ਰੂਰਤ ਹੋਵੇ ਤਾਂ ਦਾਸ ਦੇ ਕੋਲੋਂ ਲੈ ਸਕਦੇ ਹੋ। ਗੁਰੂ ਪਿਆਰਿਓ ਦਾਸ ਦਾ ਜਥਾ ਆਪ ਸੰਗਤਾਂ ਦੇ ਚਰਨਾਂ ਵਿੱਚ ਸੇਵਾ ਕਰ ਰਿਹਾ ਸੀ। ਦਾਸ ਰਵਿੰਦਰ ਕੌਰ ਖਹਿਰਾ, ਬੀਬੀ ਸ਼ਰਜੀਤ ਕੌਰ ਖਾਲਸਾ, ਬੀਬੀ ਹਰਜੀਤ ਕੌਰ ਖਾਲਸਾ ਤੇ ਸੰਗੀਤ ਦੇ ਸਾਥੀ ਨੇ ਦਾਸ ਦੇ ਜੀਵਨ ਸਾਥੀ ਹਰਵਿੰਦਰ ਸਿੰਘ ਜੀ ਖਹਿਰਾ ਕਿਸੇ ਸਮੇਂ ਵੀ ਯਾਦ ਕਰੋ। ਦਾਸ ਦਾ ਜਥਾ ਹਰ ਸਮੇਂ ਸੇਵਾ ਲਈ ਹਾਜ਼ਰ ਹੈ। ਗੁਰੂ ਪਿਆਰਿਓ ਜਿਉਂਦੇ ਰਹੇ ਤਾਂ ਫੇਰ ਮਿਲਾਂਗੇ, ਜੇ ਮਰ ਗਿਆ ਰੱਬ ਰਾਜੇ, ਪਤਾ ਨਹੀਂ ਕਦ ਪੁੱਠੀ ਪੈਣੀ ਇਸ ਜੀਵਨ ਦੀ ਬਾਜੀ। ਦੇਹੋ ਸੱਜਣੇ ਸਿਸੜੀਆਂ ਜੋ ਹੋਵੇ ਸਭ ਸਵੇ। ਦਾਸ ਦੇ ਜਥੇ ਨੂੰ ਦਿਵਾ ਗਿਆ ਬਲਾ ਫਤਿਹ। ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਢਾਡੀ ਬੀਬੀ ਬਲਵਿੰਦਰ ਕੌਰ ਜੀ ਖਾਲਸਾ ਖਹਿਰੇ ਵਾਲੇ। ਸੋ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਮੇਂ ਦੇ ਵਿੱਚ ਰਹਿ ਕੇ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜਿਆ ਹੈ, ਗੁਰੂ ਇਤਿਹਾਸ ਨਾਲ ਜੋੜਿਆ ਹੈ। ਅਸੀਂ ਮਾਫ਼ੀ ਚਾਹੁੰਦੇ ਪਰ ਸਾਡੀ ਕੋਈ ਮਜਬੂਰੀ ਸੀ, ਇਸ ਵਾਸਤੇ ਨਹੀਂ ਬਣਾ ਸਕੇ। ਇਸ ਵਾਸਤੇ ਇਹਨਾਂ ਤੋਂ ਦੁਬਾਰਾ ਫਿਰ ਮਾਫ਼ੀ ਮੰਗਦੇ ਹਾਂ। ਪਰ ਮੇਰਾ ਤਾਂ ਖਿਆਲ ਹੈ ਕਿ ਕੰਪਨੀ ਘਾਟੇ 'ਚ ਨਹੀਂ ਗਈ ਹੋਣੀ। ਜੇ ਫਿਰ ਵੀ ਇਹਨਾਂ ਨੂੰ ਘਾਟਾ ਲੱਗੇ ਤਾਂ ਦਾਸ ਹਾਜ਼ਰ ਹੈ, ਬਾਬਾ ਜੀ ਅੱਗੇ ਬੇਨਤੀ ਕਰ ਲਵਾਂਗੇ, ਦੱਸ ਦੇਣ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਹਿਲੀ ਵਾਰ ਸੰਗਤਾਂ ਨਾਲ ਹਾਜ਼ਰੀ ਭਰੀ ਹੈ ਸਾਡੇ ਪਾਸ। ਬਿਨਾਂ ਸੱਦੇ ਤੋਂ ਜੱਦੇ ਤਾਂ ਬਹੁਤ ਆਏ ਹੈ ਅਤੇ ਉੱਠ ਕੇ ਭੱਜਣ ਨੂੰ ਮੈਨੂੰ ਢਾਉਣ ਨੂੰ ਵੀ ਕਰਦੇ। ਸਾਹਮਣੇ ਬੈਠੇ ਦੇਖ ਲਓ, ਗੁਰ ਅਸਥਾਨ 'ਤੇ ਇਹ ਅਸੂਲ ਬਣਾਇਆ ਹੋਇਆ ਕਿ ਬਿਨਾਂ ਸੱਦੇ ਤੋਂ ਜੱਦਾ ਨਹੀਂ ਲਾਉਂਦੇ। ਫਿਰ ਵੀ ਮੈਂ ਬਾਬਾ ਜੀ ਅੱਗੇ ਬੇਨਤੀ ਕੀਤੀ ਹੈ ਵੀ ਆਏ ਆ, ਇਸ ਵਾਰ ਇਹਨਾਂ ਨੂੰ ਖਾਲੀ ਨਹੀਂ ਬੋੜਨਾ ਅਤੇ ਅਗਲੀ ਵਾਰੀ ਅਸੀਂ ਗੇਟ ਤੋਂ ਲੰਘਣ ਨਹੀਂ ਦੇਣਾ, ਇਹ ਸੋਚ ਕੇ ਜਾਣ। ਕਿਉਂਕਿ ਅਸੀਂ ਬਿਨਾਂ ਸੱਦੇ ਤੋਂ ਜੱਦਾ ਨਹੀਂ, ਇਹ ਮੇਲਾ ਨਹੀਂ ਜੋੜ ਮੇਲਾ ਹੈ। ਮੇਲੇ ਔਰ ਜੋੜ ਮੇਲੇ 'ਚ ਫਰਕ ਹੁੰਦਾ ਹੈ। ਮੇਲੇ 'ਚ ਇਹ ਹੁੰਦਾ ਹੈ ਆਇਆ ਮੱਥਾ ਟੇਕਿਆ ਤਾਂ ਗਿਆ, ਇੱਥੇ ਸੰਗਤਾਂ ਜੁੜ ਕੇ ਬੈਠੀਆਂ, ਮਤਲਬ ਹੁੰਦਾ ਸੰਗਤ ਦਾ ਜੋੜ ਮੇਲਾ। ਸੰਗਤ ਨੇ ਬੈਠਣਾ ਹੁੰਦਾ 2-4 ਘੰਟੇ, ਗਰਮੀ ਹੈ, ਬੈਠਣਾ ਔਖਾ ਹੈ, ਇਹਨਾਂ ਨੇ ਦੁਕਾਨਦਾਰੀ ਹੈ ਆਪਣੀ। ਹੁਣ ਮੈਂ ਬੇਨਤੀ ਕਰਦਾ, ਮੇਰੇ ਸੱਜੇ ਪਾਸੇ ਭਾਈ ਸਾਹਿਬ ਬੈਠੇ ਹੈ, 5 ਮਿੰਟ ਵਾਸਤੇ, ਜੇ 6ਵਾਂ ਮਿੰਟ ਹੋ ਗਿਆ ਮੈਂ ਖੋਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜਾਣਦੀ ਹੈ ਮਹਾਂਪੁਰਸ਼ਾਂ ਦੀ ਗੱਲ ਕਰਨੀ ਹੈ। ਦੇਖੋ ਕਿਤੇ ਸਿੱਖ ਇਤਿਹਾਸ ਖੋਲ ਕੇ ਦਿੱਤੀ ਕੁਰਬਾਨੀ, ਕਿੱਦਾਂ ਠੂਲ ਡੋਲ ਕੇ ਅਸੀਂ ਬਾਲਾ ਸਣੇ ਖੋਪੜ ਲਹਾਏ ਹੋਇਆ। ਇਹਨੇ ਨੀ ਉਹ ਕੇਸਰੀ ਨਿਸ਼ਾਨ ਝੂਲਦੇ, ਮੁੱਲ ਸਿੰਘਾਂ ਨੇ ਤਾਂ ਸਿਰਾਂ ਦੇ ਪਵਾਏ ਹੋਏ ਆ, ਮੁੱਲ ਸਿੰਘਾਂ ਨੇ ਤਾਂ ਸਿਰਾਂ ਦੇ ਪਵਾਏ ਹੋਏ ਆ। ਬੱਚੀ ਨਾਲ ਆਈ ਹੈ, ਬੜਾ ਮਾਣ ਸਤਿਕਾਰ ਮਿਲਦਾ ਹੈ ਜਦੋਂ ਸਟੇਜਾਂ ਤੇ ਜਾਂਦੇ ਆ। ਆਓ ਸਾਡੇ ਮਹਾਂਪੁਰਸ਼ਾਂ ਵੱਲੋਂ 5 ਮਿੰਟ ਦਾ ਸਮਾਂ ਸਾਨੂੰ ਮਿਲਿਆ ਹੈ ਤੇ 5 ਮਿੰਟ ਹੀ ਬੜੇ ਹੁੰਦੇ ਸੰਗਤ ਦੇ ਵਿੱਚ, 5 ਮਿੰਟ ਲੱਗ ਜਾਣ ਤੇ 5 ਮਿੰਟ ਹੀ ਬਹੁਤ। ਹਰ ਸਰੀਰ ਅੰਦਰ ਉਹ ਸਾਧੂ ਚਾਹੇ ਤੇ ਯੁੱਗ ਨੂੰ ਬਦਲ ਦੇਵੇ ਤਾਕਤ ਹੁੰਦੀ ਆ। ਇੰਨੀ ਫਕੀਰ ਅੰਦਰ ਦਿਲੋਂ ਚਾਹੇ ਤੇ ਪੱਥਰ ਨੂੰ ਮੋਮ ਕਰਦੇ ਕਰਾਮਾਤ ਹੁੰਦੀ। ਗੁਰੂ ਪੀਰ ਅੰਦਰ ਸਾਧੂ ਨਦਰੀ ਨਦਰ ਨਿਹਾਲ ਕਰਦੇ ਦੀਪਕ ਜਗਦਾ ਨੈਣਾ ਦੇ ਪੀਰ ਅੰਦਰ। ਇੱਕ ਪੰਜਾਬੀ ਦੇ ਸ਼ਹਿਰ ਨੇ ਇਹਨਾਂ ਸ਼ਹੀਦਾਂ ਦੀ ਗੱਲ ਕੀ ਹੈ, ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋ ਜੇ ਵਾਸਾ, ਸ਼ਹੀਦਾਂ ਦਾ ਰਹਿਮਤ ਨਾਲ ਝੋਲੀਆਂ ਭਰ ਦਿੰਦੇ ਜੋ ਰੱਖੇ ਭਰੋਸਾ, ਸ਼ਹੀਦਾਂ ਦਾ ਉਹਦੀਆਂ ਜੜ੍ਹਾਂ ਵੀ ਪੁੱਟ ਕੇ ਰੱਖ ਦਿੰਦੇ ਜੋ ਕਰਦਾ ਹਾਸਾ, ਸ਼ਹੀਦਾਂ ਦਾ ਉਹ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾ, ਸ਼ਹੀਦਾਂ ਦਾ। ਸ਼ਹੀਦਾਂ ਦੇ ਪਾਵਨ ਸਥਾਨ ਤੇ ਆਏ ਆ, ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ। ਕਹਿੰਦੇ ਨੇ ਨਮਾਣੇ ਰੱਬ ਦੇ ਵਜ਼ੀਰਾਂ ਦਾ, ਆਓ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਏ, ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਸਾਊਂਡ ਹੈ, ਭੈਣਾਂ ਸਾਡੀਆਂ ਬੈਠੀਆਂ ਨੇ, ਭੈਣੋ ਧਿਆਨ ਨਾਲ ਸੁਣਿਓ। ਜਿਹੜਾ ਇਤਿਹਾਸ ਤੇ ਬਾਬਾ ਜੀ ਦੀ ਕਿਰਪਾ ਹੈ, ਬਹੁਤ ਲਿਖੇ ਨੇ, ਪੂਰੀ ਹੋਈ ਅਰਦਾਸ ਪਰਿਵਾਰ ਦੀ, ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਸ਼ਹੀਦਾਂ ਦੇ ਦਰਬਾਰ ਤੇ, ਪੂਰੀ ਹੋਈ ਅਰਦਾਸ ਪਰਿਵਾਰ ਦੀ। ਖਟਾਉਣ ਪਰ ਚਾਚਾ ਤੋਂ ਚੁੱਕ ਕੇ ਉਹ ਪਰ ਜਿੰਨਾ ਭੈਣਾਂ ਦੇ ਨੀ ਚੱਕ ਕੇ ਭਰਾ, ਉਹ ਰੋਂਦੀਆਂ ਨੇ ਲੁੱਟ ਲੁੱਟ ਕੇ। ਆਹ
ਕਿ ਬਾਬਾ ਜੀ ਨੇ ਜੇ ਟਾਈਮ ਨਹੀਂ ਹੈ ਤਾਂ ਮੱਥਾ ਟੇਕ ਕੇ ਜਾਵਾਂਗੇ।